ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਮੈਂ ਸੰਦੀਪ ਸਿੰਘ ਧਵਨ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮਾਂ ਨੇ ਪੰਜਾਬ ਪਿਆਰੇ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਨਾਮਵਰ ਸ਼ਖਸੀਅਤਾਂ ਨਾਲ ਜਿਨ੍ਹਾਂ 'ਤੇ ਪੂਰੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਉਹਨਾਂ 'ਤੇ ਮਾਣ ਹੁੰਦਾ ਹੈ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਅੱਜ ਅਸੀਂ ਤੁਹਾਨੂੰ ਸਿੱਖ ਪੰਥ ਦੀ ਇੱਕ ਹੋਰ ਬਹੁਤ ਹੀ ਸਤਿਕਾਰਯੋਗ ਅਤੇ ਅਨਮੋਲ ਸ਼ਖਸੀਅਤ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਮਾਨੁਕਤਾ ਦੀ ਸੇਵਾ ਨੂੰ ਸਮਰਪਿਤ ਰਹੀ ਹੈ ਅਤੇ ਉਹ ਬਹੁਤ ਹੀ ਪਿਆਰ ਅਤੇ ਲਗਨ ਨਾਲ ਨਿਸ਼ਕਾਮ ਕੀਰਤਨ ਰਾਹੀਂ ਗੁਰਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਨੇ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਕੋਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੀ ਜਿਹੜੇ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ ਅਤੇ ਆਓ ਜਾਣਦੇ ਹਾਂ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ ਸੱਚ ਕਹੋ ਸੁਣ ਲੈ ਹੋ ਸਦੈ ਸੱਚ ਕਹੋ ਸੁਣ ਵਿਰਲੇ ਹੀ ਅਜਿਹੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਜੀਵਨ ਦਾ ਮਕਸਦ ਪਰੋਪਕਾਰ ਹਿਤ ਕੇਵਲ ਤੇ ਕੇਵਲ ਲੋਕਾਈ ਦੀ ਸੇਵਾ ਕਰਨਾ ਹੁੰਦਾ ਹੈ ਅਜਿਹੇ ਮਨੁੱਖ ਹੀ ਸਮਾਜ ਵਿੱਚ ਸਤਿਕਾਰਤ ਹਸਤੀ ਦਾ ਦਰਜਾ ਪਾਉਂਦੇ ਨੇ ਇਹੋ ਜਿਹੀ ਹੀ ਸਿੱਖ ਪੰਥ ਦੀ ਬੜੀ ਹੀ ਸਤਿਕਾਰਯੋਗ ਨਾਮਵਰ ਅਤੇ ਅਣਮੋਲ ਸ਼ਖਸੀਅਤ ਨੇ ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਦੇ ਬਾਨੀ ਅਤੇ ਪ੍ਰਸਿੱਧ ਨਿਸ਼ਕਾਮ ਕੀਰਤਨੀਏ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਕੌਲਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਹਰ ਸੱਜਣ ਸੁਆਮੀ ਬਾਲ ਸਿੰਘ ਜੀ ਹੋਰਾਂ ਦੀ ਜ਼ਿੰਦਗੀ ਦਾ ਹਰ ਪਲ ਹਰ ਸਵਾਸ ਮਨੁੱਖਤਾ ਦੀ ਸੇਵਾ ਅਤੇ ਗੁਰਬਾਣੀ ਕੀਰਤਨ ਨੂੰ ਸਮਰਪਿਤ ਹੈ ਬੜੇ ਵੱਡੇ ਭਾਗ ਜ਼ਿੰਦਗੀ ਵਿੱਚ ਗੁਰੂ ਪੂਰਾ ਮਿਲਿਆ ਹੋਵੇ ਉਸ ਤੋਂ ਵੱਡੇ ਭਾਗ ਆਪਣੇ ਗੁਰੂ ਲਈ ਦ੍ਰਿਸ਼ਟੀ ਬਣ ਜੇ ਚੰਗੇ ਸਾਰੇ ਪਰ ਤੇਰੇ ਤੋਂ ਪਰੇ ਕੋਈ ਨਹੀਂ ਉਸ ਤੋਂ ਵੱਡੇ ਭਾਗ ਐਸੇ ਗੁਰੂ ਦੇ ਨਾਲ ਅੰਦਰੋਂ ਸਾਂਝ ਪੈ ਜਾਵੇ ਹਰ ਸਵਾਸ ਗੁਰੂ ਦੀ ਯਾਦ ਵਿੱਚ ਹੀ ਆਵੇ ਆਖੋ ਸਤਨਾਮ ਪਿਛਲੇ ਹਫਤੇ ਅਸੀਂ ਵੇਖਿਆ ਕਿਸ ਤਰ੍ਹਾਂ ਭਾਈ ਸਾਹਿਬ ਜੀ ਇੱਕ ਗੁਰਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਬੜੀ ਹੀ ਤਨਦੇਹੀ ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕਰ ਰਹੇ ਨੇ ਅਤੇ ਅਸੀਂ ਭਾਈ ਸਾਹਿਬ ਜੀ ਬਾਰੇ ਸਿੱਖ ਪੰਥ ਦੀਆਂ ਸਿਰਮੌਰ ਸ਼ਖਸੀਅਤਾਂ ਦੇ ਵੀ ਵਿਚਾਰ ਸੁਣੇ ਅੱਜ ਅਸੀਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਦੇ ਜੀਵਨ ਦੇ ਕੁਝ ਹੋਰ ਅਣਚੂਹੇ ਪਹਿਲੂਆਂ ਬਾਰੇ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਾਂਗੇ ਤੇ ਭਾਈ ਸਾਹਿਬ ਜੀ ਜਿਵੇਂ ਤੁਸੀਂ ਨਿਸ਼ਕਾਮ ਕੀਰਤਨ ਕਰਦੇ ਹੋ ਪਰ ਸੰਗਤ ਜਿਹੜੀ ਮਾਇਆ ਤੁਹਾਨੂੰ ਅਰਪਣ ਕਰਦੀ ਹੈ ਤੁਸੀਂ ਉਹਦਾ ਮਾਤਾ ਕੋਲਾ ਜੀ ਭਲਾਈ ਕੇਂਦਰ ਟਰੱਸਟ ਚਲਾ ਰਹੇ ਹੋ ਤੇ ਇਹਦਾ ਕਿੱਦਾਂ ਫੁਰਨਾ ਬਣਿਆ ਫਿਰ ਹੁਣ ਕਿਹੜੀ ਕਿਹੜੀ ਇਹਦੇ ਅੰਦਰ ਸੇਵਾ ਚੱਲ ਰਹੀ ਹੈ ਅਸੀਂ 1983 ਵਿੱਚ 9 ਮੈਂਬਰਾਂ ਤੋਂ ਇੱਕ ਸਭਾ ਸ਼ੁਰੂ ਕੀਤੀ ਜਿਹਦਾ ਨਾਂ ਰੱਖਿਆ ਗੁਰਮਤਿ ਸਤਸੰਗ ਸਭਾ ਧੰਨ ਧੰਨ ਮਾਤਾ ਕੋਲਾ ਜੀ
ਉਦੋਂ ਮੈਂ ਸਾਈਕਲ ਤੇ ਵਾਜੇ ਖੜਦਾ ਸਾਂ, ਸਾਈਕਲ ਤੇ ਤਬਲੇ ਖੜਦਾ ਸਾਂ ਤੇ ਕੀਰਤਨ ਦਾ ਸ਼ੌਂਕ ਸੀ। ਹੌਲੀ ਹੌਲੀ ਮੈਂ ਸਕੂਟਰੀ ਲਈ, ਲਾਲ ਰੰਗ ਦੀ ਪੁਰਾਣੀ ਸੈਕਿੰਡ ਹੈਂਡ। ਫਿਰ ਅਸੀਂ ਸਕੂਟਰ ਲਿਆ ਜੰਡਿਆਲੇ ਗੁਰੂ ਤੱਕ ਵੀ ਸਕੂਟਰਾਂ ਤੇ ਕੀਰਤਨ ਕਰਨ ਜਾਂਦੇ ਤੇ ਹੁਣ ਬਾਬਾ ਜੀ ਦੀ ਕਿਰਪਾ ਨੂੰ ਗਿਣਤੀ ਨਹੀਂ। ਜੋ ਵੀ ਚਲੋ ਗੱਡੀਆਂ ਜੋ ਉਹਨਾਂ ਨੇ ਕੋਸ਼ਿਸ਼ ਕੀਤੀਆਂ, ਰਹਿਮਤ ਕੀਤੀ। ਇਹ ਜਦੋਂ 1983 ਵਿੱਚ 8-10 ਕੀਰਤਨ ਕੀਤੇ ਤੇ ਮਾਝੇ ਤੇ ਮਾਇਆ ਸ਼ੁਰੂ ਹੋ ਗਈ ਆਉਣੀ, ਉਦੋਂ ਫਿਰ ਮਨ ਵਿੱਚ ਸੋਚਿਆ ਵੀ ਇਹਨੂੰ ਘਰ ਵਰਤਣਾ ਨਹੀਂ, ਦੂਸਰਾ ਰੂਪ ਜਾਪਦਾ ਸੀ ਇਹਦਾ ਜੋ ਹੁਕਮ ਨਹੀਂ। ਫਿਰ ਉਹ ਸਾਰੀ ਸਲਾਹ ਕੀਤੀ ਵੀ ਇਹਨੂੰ ਕਿੱਥੇ ਯੂਜ ਕਰੀਏ। ਉਸ ਵੇਲੇ ਇਹ ਨਜ਼ਰ ਆਇਆ ਕਿ ਜਿਸ ਬੀਬੀ ਦਾ ਪਤੀ ਗੁਜ਼ਰ ਜਾਂਦਾ ਨਾ, ਬੱਚੇ ਛੋਟੇ ਹੁੰਦੇ ਨੇ, ਉਹਦਾ ਮਦਦ ਉਹਨੂੰ ਬਹੁਤ ਜ਼ਰੂਰੀ ਹੈ ਉਸ ਵੇਲੇ ਪਹੁੰਚਣੀ। ਕਿਉਂਕਿ ਆਮ ਜਿਹੜਾ ਬੰਦਾ ਨਾ ਜੀ ਚਿਪਕੱਪੜੀ ਆ, ਉਹਦੇ ਘਰ ਦੁੱਖ ਸੁੱਖ ਵਾਸਤੇ ਨਾ 10-20 ਹਜ਼ਾਰ ਰੁਪਇਆ ਆਉਂਦਾ, ਬਹੁਤਾ ਲੰਬਾ ਨਹੀਂ। ਅਤੇ ਉਹ ਰੱਬ ਨੇ ਬਹਾਨਾ ਤਾਂ ਬਣਨਾ ਹੁੰਦਾ ਜਾਣ ਦਾ। ਜਿਹੜਾ ਉਹਦਾ ਘਰ ਵਾਲਾ ਗਿਆ, ਬਿਮਾਰ ਹੋਇਆ ਜਾਂ ਉਹਨੂੰ ਕੋਈ ਸੱਟ ਲੱਗੀ ਜਾਂ ਕੋਈ ਐਕਸੀਡੈਂਟ ਹੋਇਆ ਜਾਂ ਕੁਝ ਵੀ, ਜੋ 10-20 ਹਜ਼ਾਰ ਘਰ ਪਿਆ ਹੁੰਦਾ ਉਹਦੇ ਤੇ ਲੱਗ ਗਿਆ, ਉਹ ਬਿਮਾਰੀ ਤੇ ਲੱਗ ਗਿਆ ਤੇ ਪਤੀ ਵੀ ਚਲਾ ਗਿਆ, ਉਹਦੀ ਡੈਥ ਹੋ ਗਈ। ਕਮਾਈ ਕਰਨ ਵਾਲਾ ਵੀ ਗਿਆ, ਘਰ ਜਿਹੜਾ ਪਿਆ ਸੀ ਪੈਸਾ ਉਹ ਬਿਲਕੁਲ ਉਸ ਵੇਲੇ ਨਿਹੱਥੀ ਹੋ ਜਾਂਦੀ। ਤੇ ਮੈਂ ਇਤਿਹਾਸ ਵੀ ਪੜਿਆ ਸੀ ਵੀ ਗੁਰੂ ਅੰਗਦ ਸਾਹਿਬ ਗੁਰੂ ਕੇ ਲੰਗਰ ਵਿੱਚੋਂ ਵਿਧਵਾ ਬੀਬੀਆਂ ਨੂੰ ਇਹ ਜੋ ਗੁਰੂ ਕੇ ਲੰਗਰ ਵਿੱਚੋਂ ਰਾਸ਼ਨ ਤੇ ਬਖਸ਼ਿਸ਼ ਦਿੰਦੇ ਰਹੇ। ਉਸ ਵੇਲੇ ਸੋਚਿਆ ਵੀ ਇਹਨਾਂ ਨੂੰ ਮਦਦ ਜਿਹੜੀ ਬੜੀ ਜ਼ਰੂਰੀ। ਕਥਨੀ ਤੇ ਕਰਨੀ ਦੇ ਪੱਕੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੇ ਨਾਲ ਨਾਲ ਪਹਿਲਾਂ ਖੁਦ ਆਪਣੇ ਜੀਵਨ ਵਿੱਚ ਕਮਾਉਂਦਿਆਂ ਇਸ ਤੇ ਪਹਿਰਾ ਦਿੱਤਾ ਹੈ ਅਤੇ ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਅਧੀਨ ਚੱਲ ਰਹੀਆਂ ਅਨੇਕਾਂ ਹੀ ਸਮਾਜ ਭਲਾਈ ਦੀਆਂ ਸੇਵਾਵਾਂ ਆਪ ਜੀ ਦੀ ਇਸੇ ਸੋਚ ਦਾ ਸਿੱਟਾ ਹਨ। ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਸਮਾਜ ਨੂੰ ਇੱਕ ਅਜਿਹੀ ਨਿਵੇਕਲੀ ਅਤੇ ਅਦੁੱਤੀ ਦੇਣ ਹੈ ਜਿਸ ਦੀ ਕਿਤੇ ਹੋਰ ਕੋਈ ਮਿਸਾਲ ਨਹੀਂ ਮਿਲਦੀ। ਨਿਆਸਰੀਆਂ ਵਿਧਵਾ ਬੀਬੀਆਂ ਲਈ ਆਸਰਾ ਬਣਿਆ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਦੇਣ ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ। ਮੇਰਾ ਨਾਮ ਪ੍ਰਕਾਸ਼ ਹੈ, ਅਸੀਂ ਅਨਗੜ੍ਹ ਆਉਣੇ 2 ਨੰਬਰ ਗਲੀ ਦੇ ਵਿੱਚੋਂ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਸਾਡੇ ਸਿਰ ਤੇ, ਇਹਨਾਂ ਨੇ ਹੱਥ ਧਰਿਆ, ਸਾਨੂੰ ਕੋਈ ਸਹਾਰਾ ਨਹੀਂ ਹੈਗਾ, ਸਾਡੇ ਸਿਰ ਤੇ ਬੱਚੇ ਸੀ, ਇਹਨਾਂ ਸਾਡੇ ਸਿਰ ਤੇ ਹੱਥ ਧਰਿਆ, ਸਾਨੂੰ ਰਾਸ਼ਨ ਦਿੰਦੇ ਆ। ਮਾਤਾ ਕੌਲਾ ਜੀ ਭਲਾਈ ਕੇਂਦਰ ਟਰੱਸਟ ਜੋ ਕਿ ਅੰਮ੍ਰਿਤਸਰ, ਲੁਧਿਆਣਾ, ਮੇਰਠ, ਅਹਿਮਦਾਬਾਦ ਤੋਂ ਇਲਾਵਾ ਦੇਸ਼ ਦੇ ਹੋਰ ਵੱਖ ਵੱਖ ਭਾਗਾਂ ਵਿੱਚ ਖੋਲੀਆਂ ਬ੍ਰਾਂਚਾਂ ਰਾਹੀਂ ਹਰ ਮਹੀਨੇ ਹਜ਼ਾਰਾਂ ਹੀ ਵਿਧਵਾ ਬੀਬੀਆਂ ਨੂੰ ਮੁਫਤ ਰਾਸ਼ਨ ਵੰਡਦਾ ਹੈ। ਅੱਜ 19 ਸ਼ਹਿਰਾਂ ਵਿੱਚ ਕੇਂਦਰ ਮਹਾਰਾਜ ਜੀ ਦੀ ਮਿਹਰ ਨਾਲ ਚੱਲ ਰਹੇ ਨੇ। ਪਰ ਮੈਂ ਦਰਸ਼ਕਾਂ ਨੂੰ, ਵੇਖਣ ਵਾਲਿਆਂ ਨੂੰ ਜਾਂ ਆਪ ਜੀ ਨੂੰ ਇੱਕ ਗੱਲ ਦੀ ਵਧਾਈ ਵੀ ਦਿੰਦਾ ਕਿ ਇਹਦੇ 'ਚ ਅਸੀਂ ਜਾਤ ਪਾਤ ਨਹੀਂ ਰੱਖੀ। ਕੋਈ ਵੀ ਧਰਮ ਦੀ ਵਿਧਵਾ ਹੋਵੇ, ਆਪ ਜੀ ਅਸੀਸ ਦਿਓਗੇ ਕਿ ਅਹਿਮਦਾਬਾਦ ਵਿੱਚ ਗੁਜਰਾਤੀ ਬੀਬੀਆਂ ਸਾੜੀ ਬਣ ਕੇ ਆਉਂਦੀਆਂ, ਜਿਹੜੀਆਂ ਉਹ ਰਾਸ਼ਨ ਜਦੋਂ ਦਿੰਦੇ ਆ ਸਾਲ ਬਾਅਦ ਵੀ ਜਿਹੜੀ ਮੈਂ ਜਾਣਾ ਉਹਨਾਂ ਨੂੰ ਵੱਡੀ ਆਈਟਮ ਦੇਈ ਦੀ ਹੈ। ਪੰਜਾਬ ਤੋਂ ਬਾਹਰ ਵੀ ਤੁਹਾਡੇ ਚੱਲ ਰਹੇ? ਹਾਂਜੀ ਹਾਂਜੀ, ਸੂਰਤ ਵੀ ਚੱਲ ਰਿਹਾ, ਅਹਿਮਦਾਬਾਦ ਵੀ ਚੱਲ ਰਿਹਾ, ਮੇਰਠ ਵੀ ਚੱਲ ਰਿਹਾ। ਯਾਰ ਮੇਰਠ ਵਿੱਚ ਭਲਾਈ ਕੇਂਦਰ ਹੈ, ਉੱਥੇ ਬੁਰਕਾ ਪਾ ਕੇ ਮੁਸਲਮਾਨ ਬੀਬੀਆਂ ਰਾਸ਼ਨ ਲੈਣ ਆਉਂਦੀਆਂ ਨੇ। ਗੁਜਰਾਤ ਵਿੱਚ ਸਾੜੀ ਬਣ ਕੇ ਗੁਜਰਾਤੀ ਬੀਬੀਆਂ ਉੱਥੇ ਕਈ ਵਾਰੀ ਸਾਲ ਬਾਅਦ ਫੰਕਸ਼ਨ ਕਰਦੇ ਆ ਤੇ ਹੱਥ 'ਚ ਫੁੱਲ ਲੈ ਕੇ ਆਉਂਦੀਆਂ। ਗੁਰਾਜ ਗੁਜਰਾਤ ਵਿੱਚ ਇਹ ਰਿਵਾਜ ਸਤਿਕਾਰ ਕਰਨਾ, ਉਹਨੂੰ ਫੁੱਲ ਹੱਥ 'ਚ ਲੈ ਕੇ ਆਉਂਦੀਆਂ। ਕਈ ਵਾਰੀ ਉਹ ਮਾਈਕ 'ਤੇ ਬੋਲਦੀਆਂ ਵੀ, ਉਹਨਾਂ ਨੂੰ 1-2 ਮਿੰਟ ਦਿੱਤੇ ਜਾਂਦੇ ਨੇ। ਉਹ ਕਈ ਵਾਰੀ ਕਹਿੰਦੀਆਂ ਵੀ ਗੁਜਰਾਤ ਵੀ ਸਾਡਾ ਨਹੀਂ ਕਿਸੇ ਸੋਚਿਆ, ਪਰ ਗੁਰੂ ਰਾਮਦਾਸ ਦੇ ਸਿੱਖ ਜਿਹੜੇ ਐਡੀ ਦੂਰ ਆ ਕੇ ਵੀ ਮਤਲਬ ਇੱਕ ਅਗਲਾ ਪਿਆਰ ਆਪਣਾ ਬਖਸ਼ਿਸ਼ ਕਰ ਗਿਆ। ਇਹਦੇ ਵਿੱਚ ਕੋਈ ਜਾਤ ਪਾਤ ਨਹੀਂ, ਕਿਸੇ ਧਰਮ ਦੀ ਜਜ਼ਬਾ ਉਹਨੂੰ ਇਹਦੇ ਵਿੱਚ। ਇਸ ਦੇ ਨਾਲ ਹੀ ਭਾਈ ਸਾਹਿਬ ਜੀ ਦੇ ਉੱਦਮ ਅਤੇ ਅਣਥਕ ਉਪਰਾਲਿਆਂ ਦੇ ਸਦਕਾ ਮਾਤਾ ਕੌਲਾ ਜੀ ਚੈਰੀਟੇਬਲ ਹਸਪਤਾਲ,
हरिमंदर साहिब दे दर्शन लई आउन वालिया संगता लई हर आधुनिक सहूलता नाल लैस माता कौला जी संगत निवास, बाबा कुंदन सिंह जी संगत निवास। हम कलकत्ता से हम सब पूरा परिवार लेके यहाँ आए हरिमंदर साहब दर्शन करने के लिए और माता कौलन जी संगत निवास में हम ठहरे हुए हैं। यहाँ का जो व्यवस्थापना है, परिस्थिति है, सब अत्यंत अच्छा है। हम लोग बहुत इनका जो परिचालन वर्ग है उनसे हम बहुत ही धन्यवाद ज्ञापन करना चाहते हैं कि यहाँ का जो हमने ठहरा है, हम यहाँ का जो सब व्यवस्था है, हमने बिल्कुल फ्री में ही हमको सब हम है यहाँ पर। नवे बन रहे माता कौला जी पब्लिक स्कूल दी बहुत ही शानदार अते आलीशान इमारत शहीद बाबा दीप सिंह जी दे जन्म स्थान पहोगिंड साहिब विखे गुरुद्वारा साहिब दी बहुत ही आलीशान अते शानदार इमारत दी सेवा तो इलावा अनेक ही गुरुद्वारा साहिब जी दी सेवावां जाता हो चुकिया हन या कुछ चल रहिया हन। इना सेवावां तो इलावा लोड़वंद लड़कियां ले मुफ्त कंप्यूटर सिखलाई, मुफ्त सिलाई कढ़ाई, भाई साहिब भाई गुरु इकबाल सिंह जी दी मनुखता प्रति निघी सोच दी देन हन। असी सारियां बच्चियां माता कोला पढ़ाई केंद्र हेठ जो कि भाई गुरु इकबाल सिंह जी दी संस्था वालों चल रही फ्री सिलाई कढ़ाई ते कंप्यूटर दी सिख्या ले रहे हां। माता कौला जी भलाई केंद्र ट्रस्ट विखे जो कि भाई साहिब भाई गुरु इकबाल सिंह जी वालों फ्री सेवावां चल रही हैं। मैं उन्होंने क्लासा दे विचों कंप्यूटर क्लास की विद्यार्थन हाँ ते इत्थे ओ बच्चियां नूं पहल दित्ती जांदियां हन जिहड़ियां कि फादरलैस हन जिन्हां दे माँ प्यो मतलब अपने बच्चियां दियां पढ़ाई वास्ते नहीं खर्च कर सकते, कंप्यूटर क्लास नहीं सिखा सकते पर ओह सिखाउणा चाहुंदे हन। अते हर साल बंदी छोड़ दिवस ते अनेक ही लोड़वंद बच्चियां दे आनंद कारज भी करवाए जाते हैं। ये सेवा किदा चल रही है सारी? हाँ जी, ये बिल्कुल इस तरन तारण रोड से एक केंद्र है विधवा बीबियों का, ये 513 गज में हस्पताल माता कौला जी बंदी हस्पताल चल रहा गुरु साहब जी मेहर के नाल। मतलब बई लोग सच वेखते ने फिर अटैच हो ही गए ते उहदे बादों फिर जिवें जिवें सतगुरु तोरी गया होर अगले यूनिट खुलते गए। ये हस्पताल तरन तारण रोड से माता कौला जी का माता कौला जी होर भी हस्पताल ने जिहड़े तरन तारण रोड से चल रहे हैं। ये पहला हस्पताल है जिथे मरीज न चाह मिलती है आउटडोर है, 5 रुपए परची है, 2 दिन की दवाई फ्री दिती जाती है, जिन्हें टेस्ट ने नो प्रॉफिट नो लॉस के उत्ते एको छत थले ही एक्सरे भी अंदर ही अल्ट्रासाउंड भी टीवी दे भी सारे इलाज शुगर दे भी अख नक कन्न गले दे टोटल अंदर गुरु साहब की कृपा नाल किसी डॉक्टर की 35,000 रुपये है, किसी डॉक्टर की 30,000 रुपये है, किसी डॉक्टर मन की रीझ है चंगे तो चंगा डॉक्टर जरा वो अंदर। कमाई घट खर्चा ज्यादा होगा तो फिर उन्होंने कि हस्पताल जरा जी ये 2-2.5 लाख महीने का सू अज कोलों कीर्तन कीर्तना विचों पाना पैंदा ਤਾਂ ਇਹ ਕਵਰ ਹੋ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇਹਦੇ ਨਾਲ ਇਹ ਤਾਂ ਜਿਹੜੀਆਂ ਤੁਹਾਡੀਆਂ ਸੇਵਾਵਾਂ ਚੱਲ ਰਹੀਆਂ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਸੋਚਿਆ ਸੰਗਤਾਂ ਨੂੰ ਹੋਰ ਕਿਹੜੀ ਚੀਜ਼ ਦੀ ਇਸ ਟਾਈਮ ਲੋੜ ਹੈ ਜਿਹੜੀ ਸੰਗਤਾਂ ਦੀ ਝੋਲੀ ਪਾਈ? ਮੈਂ ਜਦੋਂ ਬਾਹਰ ਜਾਂਦਾ ਸੀ ਸ਼ਹਿਰਾਂ 'ਚ ਕੀਰਤਨ ਕਰਨ ਬਹੁਤ ਸੰਗਤ ਦੀ ਇੱਕ ਇਹ ਸ਼ਿਕਾਇਤ ਹੁੰਦੀ ਸੀ ਕਿ ਅਸੀਂ ਬਾਹਰੋਂ ਆਉਂਦੇ ਹਾਂ ਸਾਨੂੰ ਕਮਰੇ ਨਹੀਂ ਮਿਲਦੇ ਦਰਬਾਰ ਸਾਹਿਬ ਦੇ ਦਰਸ਼ਨਾਂ। ਇਹ ਮੈਂ ਸੰਗਤਾਂ ਨੂੰ ਆਪ ਜੀ ਨੂੰ गुरु साहब की बख्शिश चों वधाई देनी चाहना कि होस्पिटल तो बाद 2 सरावां 2.5-2.5 करोड़ की लागत नाल अज उस संगत वाजे दे धरती है। एक सरां च 29 कमरे AC, दूजी सरां च 22 कमरे AC, 3 हाल AC, ये बिल्कुल बाबा जी की मेहर नाल तैयार। कोई बिजनेस नहीं, AC कमरे ने, हर कमरे TV है, धार्मिक प्रोग्राम की सहूलत है, बाकी चैनल असं कट भी देंगे। हर कमरे विच नाल ही अंदर सारी फ्लश गुसलखाने की सहूलत, हर कमरे विच गर्म पानी की भी ठंडे पानी की भी सहूलत, हर कमरे फोन लगा कंटीन तो जड़ी चीज़ मर्जी मंगवाओ इन सरावान के विच, फिर हर मंजिल के ठंडे पानी दी मशीन ने, सराव जिन्हें यात्रू बाहरों आए ने उन्हें जोड़े पालिश करने हैं काले करने लाल मशीन लगी हैं, कोई भेटा नहीं। बाहरों यात्रू आया 18 घंटे का सफ़र करके थकावट हो गई है
मशीन अमरीका दिया लगिया अपन लत्तां घुटनिया जाता पिनिया घुटनिया जाता अड्डिया घुटनिया जाता वो मशीन ओदिया सारी 10 मिनट बिल्कुल फ्रैश कर देखिया भी अत लोड़ है मतलब बारले आए यात्रु जेडे दरबार साहब तुसी एक चीज नोट करो अरदास किसी शहर का ना नहीं आता एक शहर का ना आता सिखा सिखी दान केस दान रैत दान विवेक दान साहु दान भरोसा दान दाना सिर दान नाम दान श्री अमृतसर साहब जी के दर्शन इशनान एक शहर का ना क्योंकि संगत जो आदि ने वो अंदर दर्शन बाद संगत कर दी पहले होंगे भी समान रख ली प्यारे दर्शको जिवें असीं गलबात कर रहे हैं माता कोला जी भलाई केंद्र ट्रस्ट के बानी भाई साहब भाई गुर इकबाल सिंह जी नाल भाई साहब जी नाल गलबात का सिलसिला इन जी जारी रखांगे पर मिलते हैं एक छोटे जे ब्रेक तो बाद टकसाल दे मुखी संत ज्ञानी अमीर सिंह जी अते समूह संगत वालों आप सब नूं इस समागम विच हुम हुम आ के पुजन की बेनती की जाती है लगन शुरू तो ही सी एहे गुरु साहिब जी दी मेहर दी निशानी है कि भाई साहिब जी दी प्रेरणा दे सदका भाई साहिब जी दीआं पैणां वी अते पूरा परिवार निष्काम कीर्तन ही नहीं करदा सगो मनुखता दी सेवा दे नाल वी जुड़िया होया है परमात्मा दी अपार कृपा सदका भाई साहिब भाई गुर इकबाल सिंह जी मेरे ब्रदर हन असीं उन्हां दीआं दोनों सिस्टर हां ये साडे भाग चंगे हन कि सानू शुरू तो ही माँ बाप तो भरा तो एहो जी गुड़ती मिली है कि असी परमात्मा दा नाम जप सकीए अते कीर्तन दी जो दात सानू मिली है ये भाई साहब भाई गुर इकबाल सिंह जी दी देन है मैं एक रिश्ते दे नाते दे तौर ते उन्हां दा धन्नवाद तां की करां मैं उन्हां दी ये देन दे नहीं सकदी रोम रोम रीणी है एहो जे बच्चे एहो जे भरा परमात्मा विच सारिआं नूं बख्शे सारिआं नूं देवे भाई साहब भाई गुर इकबाल सिंह जी दा सुभा बचपन तो ही बड़ा हमदर्दी भरिया सुभा सी क्योंकि जदों ये इस पासे लगे तो इन्होंने सब तो पहला गुरद्वारिआं दी सेवा शुरू की जिन्हां गुरद्वारिआं विच संगत काफ़ी थोड़ी देर बाद जाती उन्हां गुरद्वारिआं विच काफ़ी जाले जुले लगे रहिंदे ने तो इन्होंने सब तो पहला एक अपना ग्रुप जिहा बनाया उन्हां गुरद्वारिआं दे विच ये सेवा करन जांदे रहे एक बार तो इत्थों तक कि तरन तारण साहब के गुरद्वारा साहब इन्हों का पैर भी फिसल गया परमात्मा ने बख्शिश की कृपा की मतलब बहुत ही लगन से इन्हों अते लुधियाना विखे खोली हुई माता कौला जी भलाई केंद्र ट्रस्ट की ब्रांच की देख रेख भी आप दे बहनोई सरदार हरभजन सिंह जी बड़े ही सुचजे ढंग नाल कर रहे हैं परम सत्कारयोग भाई साहब भाई गुर इकबाल सिंह जी जिन्हां ने अनेक शहरां दे विच लखां बंदियां नूं लखां प्रेमियां नूं लखां संगतां नूं अमृत छका के गुरु वाले बनाया अते अपने धन धन सिंह ग्रंथ साहिब जी नाल जोड़िया नाल दी नाल उन्हां वल्लों जो समाजिक कारवाइयां कीतियां जा रही हैं उन्हां दे तहत सब तो पहला बीबी भानी जी भलाई केंद्र लुधियाणा विखे खोलिया गया जिस विच बेवा औरतों नूं फ्री राशन दिता जा रहा है अज की तरीक 450 के करीब बेवा औरतां फ्री राशन हर महीने लै रही ने
तकरीबन 2.5 लाख रुपए का खर्चा है। यह सारा गुरु साहब की कृपा नाल उन्हां दी प्रेरणा नाल संगत दे सहयोग नाल सब चल रहा है। दास नूं इस गल दा फखर है कि उन्होंने सानूं इस पासे लाया। रब्बी रंग विच रंगीज के कीर्तन करन वाले अते बड़ी ही सुरीली ते मिठी आवाज दे बालक भाई साहिब भाई गुरु इकबाल सिंह जी दी रसना अते कंठ विच अजिही विशेष कशिश ते खिच है जिहड़ी संगत नूं मंत्र मुक्त कर दिंदी है। पल्ले तेंदे लागी वाहेगुरु वाहेगुरु पल्ले तेंदे ਬੱਦੀ ਸੰਗਤਾਂ ਭਾਈ ਸਾਹਿਬ ਜੀ ਦਾ ਕੀਰਤਨ ਸਹਿਜ ਅਵਸਥਾ ਵਿੱਚ ਬੈਠ ਕੇ ਸਰਵਨ ਕਰਦਿਆਂ ਹਨ। ਨਿਮਰਤਾ ਦੇ ਅਤਤਨੀ ਹਸਮੁਖ ਮਿੱਠ ਬੋਲੜੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਸਿੱਖ ਪੰਥ ਨੂੰ ਇੱਕ ਹੋਰ ਵੱਡੀ ਦੇਣ ਹੈ 18ਵੀਂ ਨਿਸ਼ਕਾਮ ਕੀਰਤਨੀਆਂ ਦੇ ਰੂਪ ਵਿੱਚ ਅਣਮੋਲ ਗੁਲਦਸਤਾ, ਜਿਸ ਦੇ ਸਾਰੇ ਅਣਮੋਲ ਫੁੱਲ ਕੀਰਤਨ ਦੇ ਰੂਪ ਵਿੱਚ ਆਪਣੀ ਖੁਸ਼ਬੂ ਸਾਰੇ ਸੰਸਾਰ ਵਿੱਚ ਮਹਿਕਾ ਰਹੇ ਹਨ ਅਤੇ ਭਾਈ ਸਾਹਿਬ ਜੀ ਵੱਲੋਂ ਆਰੰਭੇ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਹ ਸਾਰੇ ਅਨਮੋਲ ਨਿਸ਼ਕਾਮ ਕੀਰਤਨੀ ਜਥੇ ਭਾਈ ਸਾਹਿਬ ਜੀ ਦੀ ਦੂਰ ਅੰਦੇਸ਼ੀ ਸੋਚ ਦਾ ਹੀ ਸਿੱਟਾ ਹਨ। ਇਹ ਗੱਲ ਮੈਂ ਹਿਰਦੇ ਦੀਆਂ ਗਹਿਰਾਈਆਂ ਤੋਂ ਕਹਿਣਾ ਚਾਹਾਂਗਾ। ਆਮ ਸੰਗਤ ਦੇ ਮਨ ਚ ਹੋਏਗਾ, ਕਿਸੇ ਨੂੰ ਚਾਅ ਹੁੰਦਾ, ਕਿਸੇ ਨੂੰ ਮਾਣ ਹੁੰਦਾ ਹੈ ਕਿ ਅਸੀਂ ਬੜੇ ਸ਼ਾਹੂਕਾਰ ਹਾਂ। ਕਿਸੇ ਨੂੰ ਮਾਣ ਹੋਏਗਾ ਮੇਰੇ ਕੋਲ ਜਾਇਦਾਦ ਬੜੀ ਹੈ, ਕਿਸੇ ਨੂੰ ਮਾਣ ਹੋਏਗਾ ਕਿ ਮੇਰਾ ਰਿਸ਼ਤਾ ਵੱਡਿਆਂ ਦੇ ਘਰ ਦੇ ਵਿੱਚ ਹੋਇਆ ਹੈ। ਕਿਸੇ ਨੂੰ ਕਹਿਣ ਤੋਂ ਭਾਵ ਕੋਈ ਮਾਣ ਹੈ, ਕਿਸੇ ਨੂੰ ਬੱਚਿਆਂ 'ਤੇ ਮਾਣ ਆਉਂਦਾ ਹੈ। ਔਰ ਸਾਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਅਤੇ ਨਾਲ ਮਾਣ ਆਉਂਦਾ ਕਿ ਸਾਨੂੰ ਮਾਣ ਹੈ, ਸਾਨੂੰ ਭਾਈ ਸਾਹਿਬ ਜੀ ਭਾਈ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੈ। ਔਰ ਇਹ ਮਾਣ ਕੋਈ ਛੋਟੀ ਬਾਤ ਨਹੀਂ ਹੈ, ਇਹ ਬਿਲਕੁਲ ਅਸਲੀਅਤ ਹੈ। ਕਿਉਂਕਿ ਜਦੋਂ ਵੀ ਹਸਪਤਾਲ ਦੀ ਸੇਵਾ ਪ੍ਰਤੀ ਕੋਈ ਉਹਨਾਂ ਨਾਲ ਕਾਰਜ ਹੁੰਦਾ ਹੈ, ਦਾਸ ਉਹਨਾਂ ਨੂੰ ਫੋਨ 'ਤੇ ਵੀ ਕਹਿੰਦਾ ਭਾਈ ਸਾਹਿਬ ਜੀ ਬਾਕੀ ਕੰਮ ਹੋ ਗਏ, ਆ ਇੱਕ ਡਾਕਟਰ ਰੱਖਣਾ, ਇਹਦੀ 20,000 ਤਨਖਾਹ, ਇਹ ਤਨਖਾਹ ਜ਼ਿਆਦਾ ਰੱਖ ਲਈਏ। ਉਹਨਾਂ ਦਾ ਅੱਗੋਂ ਹੋਰ ਕੋਈ ਮਾਇਆ ਨਾਲ ਮਤਲਬ ਨਹੀਂ ਹੁੰਦਾ, ਉਹਨਾਂ ਦਾ ਇਹੀ ਸਵਾਲ ਹੁੰਦਾ ਇਹਦੇ ਨਾਲ ਮਰੀਜ਼ਾਂ ਦਾ ਭਲਾ ਹੋਏਗਾ, ਕੋਈ ਖਰਚੇ ਵਾਲਾ ਕੰਮ ਜਾਂ ਕੋਈ ਕਿਸੇ ਤਰੀਕੇ ਨਾਲ ਕੰਮ। ਕਹਿਣ ਤੋਂ ਭਾਵ ਮੇਰੀ ਮੁਰਾਦ ਹਰ ਵੇਲੇ ਭਲਾ ਹੀ ਭਲਾ ਚਿਤਵਦੇ ਨੇ। ਚੁੰਬਕੀ ਤੇ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੇ ਸੰਪਰਕ ਵਿੱਚ ਜੋ ਵੀ ਇੱਕ ਵਾਰ ਆਉਂਦਾ ਹੈ ਆਪ ਜੀ ਦਾ ਹੋ ਕੇ ਹੀ ਰਹਿ ਜਾਂਦਾ ਹੈ। ਭਾਈ ਸਾਹਿਬ ਜੀ ਦੇ ਜੀਵਨ ਤੇ ਗੁਰੂ ਸਾਹਿਬ ਦਾ ਇਹ ਫਰਮਾਨ ਢੁਕਵਾਂ ਬਹਿਤਾ ਹੈ ਕਿ ਇਹ ਜਨਮ ਤੁਮਹਾਰੇ ਲੇਖੇ। ਸੱਚਮੁੱਚ ਹੀ ਭਾਈ ਸਾਹਿਬ ਜੀ ਦਾ ਇਹ ਜਨਮ ਅਕਾਲ ਪੁਰਖ ਦੀ ਅਰਾਧਨਾ ਅਤੇ ਉਸਦੀ ਸਿਰਜਣਾ ਅਰਥਾਤ ਮਨੁੱਖਤਾ ਦੀ ਸੇਵਾ ਨੂੰ ਹੀ ਸਮਰਪਿਤ ਹੈ। ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਨੂੰ ਮੈਂ ਕਾਫੀ ਸਾਲਾਂ ਤੋਂ ਬੜਾ ਨੇੜੇ ਹੋ ਕੇ ਤੱਕਿਆ ਹੈ, ਜਿਨ੍ਹਾਂ ਦਾ ਆਪਣਾ ਜੀਵਨ ਬਹੁਤ ਉੱਚਾ ਸੁੱਚਾ ਹੈ, ਧਾਰਮਿਕ ਵਿਅਕਤੀ ਹਨ, ਆਪ ਨਿਸ਼ਕਾਮ ਕੀਰਤਨ ਕਰਦੇ ਹਨ, ਮਾਇਆ ਤੋਂ ਰਹਿਤ ਕੀਰਤਨ ਕਰਦੇ ਹਨ, ਔਰ ਆਪ ਨਾਮ ਜਪਦੇ ਹਨ, ਨਾਮ ਸਿਮਰਨ ਕਰਦੇ ਹਨ, ਔਰ ਹੋਰ ਸੰਗਤਾਂ ਨੂੰ ਵੀ ਨਾਮ ਜਪਾਉਂਦੇ ਹਨ, ਬੜੇ ਵਧੀਆ ਕੰਮ ਕਰ ਰਹੇ ਹਨ, ਔਰ ਆਲ ਵਰਲਡ ਵਿੱਚ ਇਹ ਆਪਣੀਆਂ ਸੇਵਾਵਾਂ ਕਰ ਰਹੇ ਹਨ। ਗੁਣਾ ਦੇ ਖਜ਼ਾਨੇ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਐਸਾ ਪ੍ਰਮਾਣ ਜਾਂ ਸਾਖੀ ਸੁਣਾਈ ਜਾਵੇ ਜਿਸ ਨਾਲ ਸੰਗਤਾਂ ਦੇ ਹਿਰਦਿਆਂ ਵਿੱਚ ਗੁਰੂ ਘਰ ਪ੍ਰਤੀ ਹੋਰ ਸ਼ਰਧਾ ਭਾਵਨਾ ਪੈਦਾ ਕੀਤੀ ਜਾ ਸਕੇ। ਬਿਬੋਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਚੁਪਈ ਸਾਹਿਬ ਦੀ ਰਚਨਾ ਕੀਤੀ ਤੇ ਪਿਆਰ ਵਿੱਚ ਇਹ ਨਿਰੰਕਾਰ ਕੋਲੋਂ ਦਾਤ ਮੰਗੀ, ਹਮਰੀ ਕਰੋ ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ ਪੁਨਾ ਜਾਨ। ਕਲਗੀਧਰ ਮੰਗ ਰਹੇ ਨੇ ਨਿਰੰਕਾਰ ਕੋਲ ਤੇ ਸਾਡਾ ਨਿਰੰਕਾਰ ਤੇ ਕਲਗੀਧਰ ਤੋਂ ਹੀ ਹੈ। ਭਾਈ ਮਰਦਾਨੇ ਵਾਲਾ ਪਿਆਰ ਕਰਿਓ,
बाबा तू खुदा दा डोम हो तेरा डोम बाबा तैं खुदा नू पाया हो तुदनों पाया बाबा तैं खुदा नू देखिया हो तुदनों देखिया बाबा तेरा कहा खुदा करता है मेरा कहा तू करता है कज के आखो सतनाम सेवा अति सिमरन दी अनूठी मिसाल भाई साहिब भाई गुरु इकबाल सिंह जी दी हमेशा ही ए दिली चाहत रहंदी है कि उना दी सारी जिंदगी ही ऐसी तरह ही दीन दुनिया दी ए सेवा निष्काम रूप विच लेंदे रहन अते स्वास स्वास प्रभु नाम दी तुन नसीब हुंदी रवे अते भाई साहिब जी हर पल हर कड़ी एह शुक्राना करदे हन कि इन्हीं की कृपा के सजे हम है नहीं मौसे गरीब करोर परे तुसी जगह लेके नशा छुड़ाऊ केंद्र बना रहे हो एदे बारे नशा छुड़ाऊ तो पहला एक स्कूल शुरू किया जा रहा है जनवरी विच या मार्च विच 2008 जड़ा आना मार्च ओ जिहड़ा बच्चा विधवा बीबी है उहदी पैर की जुत्ती तो लैके सिर की दस्तार तक ट्यूशन तक वर्दी तक सब कुछ फ्री है एक गल मैं कच्ची तो नहीं करनी चाहता पर 90% यह सलाह बन चुकी है कि स्कूल भी ए सी गड्डिया भी ए सी होनी है हाँ जी महाराज जी की मेहर के नाल चंगी तो चंगी पढ़ाई प्राप्त बच्चे हो गए ते उस तो बाद जगह असी लईए तरन तारण रोड बाबा नोह सिंह जी समाज तो अगे जाके थोड़ी सजे हथ जिहड़ा बहुत संतां कहिंदियां सी वी जिहड़े नौजवान अपने पंजाब दे नशियां विच उहदे लई कोई चंगे लैवल ते नशा छुड़ाऊ केंद्र उहदे च असी 3 प्रोजैक्ट बनावांगे नशा छुड़ाऊ गुरु साहिब ने जिस सेवा लई एक ते उहनूं दवाई दित्ती जाएगी जिहदे नाल उहदा नशा कंट्रोल होवे एक उन्हों धार्मिक धार्मिक माहौल दिता जाएगा गुरबाणी जी ना कमरे में चलती रहेगी सारे ध्यान जरा बाणी वाल एक बाणी की बख्शिश वाइब्रेशन जी माहौल माड़ी सोच ही ना तीसरा उ वर्जिश का वर्जिश करके सिर शरीर हाँ प्यारे दर्शको जिदा असीं अज गलबात कर रहे सी माता कोला जी भलाई केंद्र ट्रस्ट दे बानी भाई साहब भाई गुरु इकबाल सिंह जी नाल पर अज समां इजाजत नहीं दिंदा कि असीं गलबात दा जिहड़ा सिलसिला है भाई साहब जी नाल अगले हफ्ते भी जारी रखांगे प्यारे दर्शको तुहानूं साडा अज दा इह एपीसोड किस तरह दा लग्या सानूं अपनी राय दिओ इन्हां नंबरां ते सानू तुहाडियां फोन कॉल दा बड़ी बेसब्री नाल इंतजार रहेगा अगले हफ्ते फिर मिलांगे भाई साहब भाई गुरु इकबाल सिंह जी दे नाल ते जानांगे उहनां दे जिंदगी दे कुछ होर अणछुए पहलुआं बारे तद तक लई मैनूं संदीप सिंह धवन नूं अते पूरी माने पंजाब दी टीम नूं दिओ इजाजत सत श्री अकाल